Welcome to Mirror Wars and welcome to Pratpal Sian's vlog. I promote positivity. Kalakar banega. Bunda kalakar. Pare ho jo pare. ਜਿਹੜੇ ਐਕਟਿੰਗ ਸਿੱਖੇ ਬਿਨਾਂ ਫਿਲਮ ਕਰਦੇ ਨੇ ਉਹਨਾਂ ਦੇ ਸਾਰੇ ਕਾਊਂਟ ਤੇ ਜਿਹੜੇ ਬਕਵਾਸ ਫਿਲਮ ਬਣਾਉਣ ਤੋਂ ਬਾਅਦ ਆਪਣੀ ਝੂਠੀਆਂ ਤਾਰੀਫਾਂ ਕਰਦੇ ਨੇ ਉਹਨਾਂ ਦੇ ਲਈ ਆਨੈਸਟ ਰਿਵਿਊ ਸਤਿ ਸ਼੍ਰੀ ਅਕਾਲ ਮੈਂ ਹਾਂ ਪ੍ਰਤਪਾਲ ਜਾਨ ਵੈਲਕਮ ਟੂ ਆਨੈਸਟ ਰਿਵਿਊ ਆਫ ਸਿਨੇਮਾ ਅੰਨੀ ਦਾ ਮਜ਼ਾ ਗਿਆ ਹੋਵੇ ਜਾਂ ਨਾ ਹੋਵੇ ਰੋਜ਼ ਕਿਹੜੇ ਹੁੰਦੇ ਚੈਨ ਤੇ ਸਾਰਾ ਦਿਨ ਬਾਰਾਂ ਵਿੱਚ ਹਾਸੇ ਲੱਗੀ ਨੇ ਆਪੀ ਸਕ੍ਰਿਪਟ ਫਰਮਿਸ਼ ਸਕ੍ਰਿਪਟ ਮੈਂ ਬਾਅਦ ਚੋਂ ਸੁਣ ਲਾਂਗਾ ਪਹਿਲਾਂ ਮੇਰੀਆਂ ਜਾਣ ਦੀ ਬਸ ਪਹਿਲੀ ਗੱਲ ਮੇਰਾ ਦੋਸਤ ਆਉ ਖੁੱਲ ਦੂਜੀ ਗੱਲ ਮੇਰਾ ਵੀਰ ਵੀ ਆ ਆਈ ਲਵ ਤੀਸਰੀ ਗੱਲ ਡੱਡੀ ਆਪਣਾ ਭਰਾ ਡੱਡੀ ਆਊ तुम्हारे डायलॉग भी रख दूंगा रुको पहले रुको रुको तुम्हारे डायलॉग भी लिखता हूँ अरे लिखता हाँ हाँ लिख दूंगा फोन ਨਿਰਦੇਸ਼ਕ ਰੋਹਿਤ ਸ਼ੈਟੀ ਨੇ ਜਦੋਂ ਸਿੰਬਾ ਬਣਾਈ ਸੀ ਤਾਂ ਆਪਣੀ ਫਿਲਮ ਦੇ ਫਰਸਟ ਹਾਫ ਦੇ ਵਿੱਚ ਤਾਂ ਆਪਣੇ ਹੀਰੋ ਨੂੰ ਸਟੈਬਲਿਸ਼ ਕਰਨ ਦੇ ਵਿੱਚ ਹੀ ਲਗਾ ਦਿੱਤਾ ਸੀਗਾ ਫਿਲਮ ਦਾ ਫਰਸਟ ਹਾਫ ਦੇ ਵਿੱਚ ਐਸਾ ਕੋਈ ਵੀ ਸੀਨ ਜਾਂ ਸ਼ਾਟ ਨਹੀਂ ਸੀਗਾ ਜਿਸ ਦੇ ਵਿੱਚ ਰਣਵੀਰ ਸਿੰਘ ਸਿੰਬਾ ਲੱਗਦੇ ਹੋਏ ਲੋਕਾਂ ਦੇ ਦਿਲ ਤੱਕ ਆਪਣਾ ਰਾਹ ਨਾ ਬੜਾਉਣਾ ਹੈ ਤਾਂ ਜੋ ਸੈਕਿੰਡ ਹਾਫ ਦੇ ਵਿੱਚ ਸਿੰਬਾ ਦੇ ਨਾਲ ਜਦੋਂ ਸਿੰਘਮ ਆਪਣੀ ਐਂਟਰੀ ਲਵੇ ਤਾਂ ਸਿੰਬਾ ਕਿਸੇ ਤੋਂ ਘੱਟ ਨਾ ਲੱਗੇ ਪਰ ਇਸ ਰੀਮੇਕ ਦੇ ਵਿੱਚ ਘੱਟ ਦਾ ਪਤਾ ਨਹੀਂ ਲੇਕਿਨ ਬਹੁਤ ਕੁਛ ਘਟੀਆ ਲੱਗ ਰਿਹਾ ਸੀ ਰੀਮੇਕ ਬਣਾਉਣਾ ਕੋਈ ਗਲਤ ਗੱਲ ਨਹੀਂ ਹੈ ਹਿੰਦੀ ਸਿਨੇਮਾ ਨੇ ਸਾਊਥ ਤੋਂ ਤੇ ਬਾਹਰ ਅੰਗਰੇਜ਼ੀ ਫਿਲਮਾਂ ਦੀ ਬਹੁਤ ਸਾਰੇ ਰੀਮੇਕਸ ਬਣਾਏ ਨੇ ਇਨਫੈਕਟ ਹੁਣ ਤਾਂ ਇਹ ਵਕਤ ਆ ਗਿਆ ਹੈ ਕਿ ਪੰਜਾਬੀ ਫਿਲਮਾਂ ਦੇ ਰਾਈਟਸ ਬਾਕੀ ਨੈਸ਼ਨਲ ਸਿਨੇਮਾ ਤੇ ਹਿੰਦੀ ਸਿਨੇਮਾ ਵੀ ਖਰੀਦ ਰਿਹਾ ਹੈ ਯਾਨੀ ਕਿ ਪੰਜਾਬੀ ਸਿਨੇਮਾ ਕਿਤੇ ਨਾ ਕਿਤੇ ਤਰੱਕੀ ਦੀ ਰਾਹ ਵੱਲ ਹੀ ਤੁਰ ਰਿਹਾ ਹੈ ਪਰ ਇਸ ਵਾਰ ਨਿਰਦੇਸ਼ਕ ਨਵਨੀਤ ਸਿੰਘ ਤੇ ਰਾਈਟਰ ਧੀਰਜ ਰਤਨ ਦੀ ਲਿਖੀ ਹੋਈ ਇਹ ਫਿਲਮ ਸਿਰਫ ਗਲਤੀ ਨਹੀਂ ਬਹੁਤ ਬੜੀ ਗਲਤੀ ਪਿਛਲੇ ਸ਼ੁੱਕਰਵਾਰ 9 ਅਗਸਤ 2019 ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ ਸਿੰਘਮ ਨੇ ਪਿਛਲੀਆਂ ਸਾਰੀ ਬੁਰੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਨੇ ਹਿੰਦੀ ਬਲੌਕਬਸਟਰ ਸਿੰਘਮ ਦੇ ਵਿੱਚ ਅਜੇ ਦੇਵਗਨ ਸੀਗੇ ਔਰ ਇਸ ਵਾਰ ਪੰਜਾਬੀ ਫਿਲਮ ਸਿੰਘਮ ਦੇ ਵਿੱਚ ਇੱਕ ਨਾਨ ਪਰਫਾਰਮਰ ਲੀਡ ਤੇ ਨਜ਼ਰ ਆਏ ਕੰਟਰੋਲ ਸੀ ਕੰਟਰੋਲ ਕੰਟਰੋਲ ਸੀ ਕੰਟਰੋਲ ਵੀ ਯਾਨੀ ਕਿ ਕਾਪੀ ਪੇਸਟ ਐਂਡ ਕਾਪੀ ਇਹ ਕਾਪੀ ਪੇਸਟ ਫਾਰਮੂਲਾ ਐਕਚੁਅਲੀ ਦੇ ਵਿੱਚ ਸਿੰਘਮ ਦੀ ਓਰੀਜਨਲ ਕਾਪੀ ਤੋਂ ਕਰਨਾ ਚਾਹੀਦਾ ਸੀ ਪਰ ਉਸ ਨੂੰ ਛੱਡ ਕੇ ਨਾ ਜਾਣੇ ਹੋਰ ਕਹਾਣੀ ਦੇ ਵਿੱਚ ਕੀ ਵੇਖਣ ਨੂੰ ਮਿਲਿਆ ਜੋ ਦਿਖਦਾ ਰਿਹਾ ਸੀ ਪਰ ਸਮਝ ਤੋਂ ਬਹੁਤ ਪਰੇ ਸੀ ਰੀਮੇਕ ਬਣਾਉਂਦੇ ਹੋਏ ਨਿਰਦੇਸ਼ਕ ਨਿਰਮਾਤਾ ਤੇ ਫਿਲਮ ਦੀ ਬਹੁਤ ਸਾਰੀ ਕਾਸਟ ਕੋਸ਼ਿਸ਼ ਕਰਦੀ ਹੈ ਕਿ ਫਿਲਮ ਓਰੀਜਨਲ ਫਿਲਮ ਦੇ ਵਾਂਗ ਨਾ ਲੱਗੇ ਪਰ ਐਕਚੁਅਲੀ ਇਹ ਓਰੀਜਨਲ ਫਿਲਮ ਦੇ ਵਾਂਗ ਲੱਗ ਹੀ ਨਹੀਂ ਰਹੀ ਸੀ ਸਿਚੁਏਸ਼ਨ ਛੱਡੋ ਫਿਲਮ ਦਾ ਇਮੋਸ਼ਨ ਹੀ ਚੇਂਜ ਕਰ ਦਿੱਤਾ ਅਹਿਸਾਨ ਤੇਰਾ ਹੋ ਗਾ ਮੁਝ ਪਰ ਦਿਲ ਚਾਹਤਾ ਹੈ ਵੋ ਕਹਨੇ ਦੋ ਤੇ ਲੀਡ ਐਕਟਰ ਦੇ ਵਿੱਚ ਇੰਨਾ ਜ਼ਿਆਦਾ ਦਮ ਦਿਖਾਇਆ ਕਿ ਸਿਰਫ ਤੇ ਸਿਰਫ ਇੱਕ ਵਾਰੀ ਬਾਈਕ ਰੋਕ ਕੇ 2 ਨੰਬਰ ਦੇ ਸਮੈਕੀ ਨੂੰ ਫੜ ਕੇ ਉਹਨਾਂ ਨੇ ਪੂਰੇ ਪਿੰਡ ਦਾ ਨਸ਼ਾ ਹੀ ਬੰਦ ਕਰਾ ਦਿੱਤਾ ਜਿੱਥੇ ਫਿਲਮ ਦੇ ਵਿੱਚ ਲਵ ਐਂਗਲ ਨੂੰ ਕਾਫੀ ਜ਼ਿਆਦਾ ਸਪੇਸ ਮਿਲੀ ਹੈ ਔਰ ਐਂਡ ਦੇ ਵਿੱਚ ਜਾ ਕੇ ਉਸਨੂੰ ਸਪੇਸ ਹੀ ਨਹੀਂ ਦਿੱਤੀ ਗਈ ਉਹਦੇ ਵਿੱਚ ਸਿਰਫ ਕਹਾਣੀ ਨਹੀਂ ਬਲਕਿ ਲੌਜਿਕ ਵੀ ਨਹੀਂ ਸੀਗਾ ਪੰਜਾਬ ਦੇ ਵਿੱਚ ਐਸਾ ਕੋਈ ਵੀ ਪਿੰਡ ਨਹੀਂ ਹੈ ਜਿਸ ਦਾ ਨਾਮ ਸਿੰਘਮ ਹੋ ਯੂ ਕੈਨ ਗੂਗਲ ਪਰ ਹੋ ਸਕਦਾ ਹੈ ਕਿ ਅਗਲੀ ਵੋਟਾਂ ਤੱਕ ਉਹ ਵੀ ਇਹ ਲੋਕ ਕ੍ਰੀਏਟ ਕਰ ਦੇ ਫਿਲਮ ਦੇ ਡਾਇਲੌਗ ਦੇ ਹਾਲਾਤ ਕੁਝ ਇਸ ਤਰ੍ਹਾਂ ਸੀ ਹੁਣ ਇਹ ਹੈ ਜਸਟ ਦੇਖਣ ਨੂੰ ਫੁੱਲਾਂ ਵਾਲਾ ਖੂਬਸੂਰਤ ਸੋਹਣਾ ਪਰ ਜਿੱਦਾਂ ਹੀ ਇਹਨੇ ਆਪਣਾ ਮੂੰਹ ਖੋਲਿਆ ਇਟ ਫੀਲ ਲਾਈਕ ਸ਼ਟ ਅਪ ਐਕਚੁਅਲੀ ਮੈਨੂੰ ਗੱਲ ਸਮਝ ਨਹੀਂ ਆਉਂਦੀ ਕਿ ਲੋਕ ਇਸ ਗੱਲ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਕਿਉਂ ਦਿੰਦੇ ਹੈ ਕਿ ਜੇ ਆਪਾਂ ਹੈਵੀ ਵਰਡਸ ਬੋਲਾਂਗੇ ਤਾਂ ਸ਼ਾਇਦ ਸਾਡੀ ਗੱਲ ਦਾ ਸੈਂਸ ਬਣ ਜਾਏ ਜ਼ਰੂਰੀ ਨਹੀਂ ਕਿ ਵਿਆਹ ਜਾ ਕੇ ਫਲਾਨੀ ਧਾਰਾ ਲਗਾ ਦਿੱਤੀ ਐਂਡ ਇੱਕ ਹੋਰ ਗੱਲ ਇੱਕ ਹੋਰ ਚੀਜ਼
आऊगा सब तो इरिटेटिंग लीड एक्टर की डायलॉग आऊंगा आई हेट इट आऊगा जब भी उन्होंने प्रमोशन के टाइम के पूछा गया कि तुम्हारा कैरेक्टर अजय देवगन की सिंगल के मैच करता है तो मैं बहुत ही खुशी है बड़ी ही ईमानदारी के नाल परमीश वर्मा ने किया है बिल्कुल भी जितना मेरे तो होया मैं उतना ही कर दिया है और जो मेनू सूट किया मैं सिर्फ स्क्रीन पे वही दिखाने की कोशिश की एंड मैं इस ऑनेस्टी के लिए तहे दिलों एक्टर का नहीं है डिजिटल आर्टिस्ट नो इज नॉट आर्टिस्ट तहे दिलों इस डिजिटल परफॉर्मर का थैंक यू करती हूँ कि एटलीस्ट इतनी ईमानदारी कर रखी कि रॉकी मेंटल हो गए दिल दी गल्ला हो या फिर रीसेंट रिलीज सिंगम हो गए अपने लुक्स से अपनी वॉक से और अपने एक्सेंट से रत्ती ही कम नहीं किया है जो कि साफ साफ स्क्रीन पे नजर आ रहा है। देखो इसमें लिखा है तुमने स्क्रिप्ट पढ़ ली पर स्क्रिप्ट तो पढ़ो तुम्हारा कैरेक्टर पुलिस वाले का कैरेक्टर है प्रतीश इसमें कैसे मोटर गाड़ी था अगर तुम पुलिस वाले की गड्डी की थां स्कॉर्पियो गड्डी की थां कोई और ब्रांडेड गड्डिया होंगी तो मैं रिटर्न लिख के देने को तैयार हूं कि लीड एक्टर 10 कटअवेज 2 एंट्रीज पक्का करवाऊंगा क्योंकि इस बारी उन्होंने एक वर्दी सी और उस वर्दी नू कैरी कर दो आई लिटरली फील सो बैड सेल्फ लव दी हद तां उदो हो जाती है जो एक शॉट दे विच टीवी लगा होया टीवी दे विच एक रिपोर्टर रिपोर्ट कर रही है और रिपोर्टर दे पिछे फिल्म दा लीड एक्टर या फिल्म दा किरदार कह लो तुसी दिलशेर आउंदा है आके पोज मारदा है व्हाट द लॉजिक इज दैट क्योंकि फिल्म दे विच जिहड़े डिजिटल परफॉर्मर ने परमीश वर्मा ਉਹ ਸਿੰਕ ਬਹੁਤ ਬਿਹਤਰੀਨ ਦਿੰਦੇ ਨੇ ਇਸ ਲਈ ਉਹਨਾਂ ਨੇ ਇੱਕ ਚਲਦੀ ਹੋਈ ਫਿਲਮ ਦੇ ਵਿੱਚ ਆ ਕੇ ਸਿੰਕ ਦੇ ਦਿੱਤੇ ਗਾਣੇ ਅੰਨੀ ਦਾ ਮਜਾ ਗਿਆ ਓ ਨਹੀਂ 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 ਤੂੰ ਵੀ ਨਹੀਂ ਆਪੇ ਵਜਾਉ ਓ ਵਾਟ ਇਜ਼ ਗੋਇੰਗ ਔਨ ਤੇ ਮੇਰਾ ਸਾਰਾ ਸਬਰ ਪਤਾ ਕਦੋਂ ਮੁੱਕਿਆ ਜਦੋਂ ਸਿੰਘਮ ਦਾ ਕੈਰੈਕਟਰ ਐਂਡ ਦੇ ਵਿੱਚ ਜਾ ਕੇ ਬੋਲ ਰਿਹਾ ਫਿਰ ਤੱਕ ਪੈਂਦੀ ਹੈ ਚੈਂਪੀਅਨ ਆਈ ਮੀਨ ਲਾਈਕ ਇਹ ਸਿਨੇਮਾ ਹੈ ਸਾਡਾ ਅੱਜ ਦਾ मसला ये नहीं है कि गलत परफॉर्म किया गया मसला ये है कि गलत परफॉर्म करन दिता गया है इंडस्ट्री के नव रतन यानी कि नवनीत सिंह नाल ही नाल धीरज रतन ने बहुत खूबसूरत फिल्मा दिखाया ने और उन्होंने किरदारा नू आज तक लोग याद रखते हैं मेल करा दे रब्बा धरती साडी लव स्टोरी वो फिल्मा ने जिन्हों के किरदार गीत अज भी लोग याद रखते हैं कीनन इंडस्ट्री के सब तो ज्यादा ब्रिलियंट डायरेक्टर राइटर मने जाते हैं पर आई डोंट नो ऐसा की इन्फ्लुएंस किया उन्होंने कि उन्होंने अपनी फिल्म के नाल पोस्टमार्टम कर दिया जीउंदे जी मार दिया 2 आवर्स लेटर सुनो नरेशन में ऐसा है कि तुम्हारे पहली बार बुलर को हम डाल ले सकते इसलिए विलन का नाम बुलर कर ठीक है सारी बसों पे हर जगह पे ट्रैक्टर ट्राली सब पे बुलर बुलर लिख देंगे हमारे दोस्त का नाम आ जाएगा दूसरी बात तुमने क्या बोला था इसमें तुम्हारे दूसरे दोस्त चुनी मतलब मैडी को बेसिकली हमने एक ऐसा फालतू सीन बनाया जिसमें तुम उसको डलवा दो कुछ भी करा दो तीसरी चीज तुमने बोला था कि तुम्हारे भाई को भी देखो प्यार है सब कुछ है लेकिन मैंने बहुत जगह जो तुम्हारा भाई तो फालतू को करा नहीं सकते इसलिए हमने काम करा है सोचा है ऐसा क्रिएटिविटी कि तुम्हारे हाथ पे टैटू हम एक ऐसा मास्टर शॉट लगाएंगे जिसमें तुम्हारे हाथ पे जो टैटू होता है जिसमें तुम्हारा मेगा नाम लिखा है तुम्हारी घड़ी भी आएगी तुम्हारे टैटू भी दिस इज एक्चुअली अ इंसल्ट ऑफ ग्रोइंग पंजाबी सिनेमा इंडस्ट्री द विच
ਬੜੇ ਬੜੇ ਬੈਨਰਸ ਇੱਕ ਦੂਸਰੇ ਦੇ ਨਾਲ ਕੰਪੀਟੀਸ਼ਨ ਕਰ ਰਹੇ ਆਪਣੇ ਕੰਟੈਂਟ ਨੂੰ ਲੈ ਕੇ ਆਪਣੀ ਆਡੀਅੰਸ ਨੂੰ ਸਿਨੇਮਾ ਘਰਾਂ ਤੱਕ ਬੁਲਾਉਣ ਦੇ ਲਈ ਉਹ ਲੋਕ ਇੰਨੀ ਜ਼ਿਆਦਾ ਹਾਰਡ ਵਰਕ ਕਰ ਰਹੇ ਹੈ ਕਿ ਜਿਸ ਨੂੰ ਐਕਚੁਅਲੀ ਸਲੂਟ ਔਰ ਇਸ ਫਿਲਮ ਦੇ ਲਈ ਥੀਏਟਰਸ ਖਾਲੀ ਨੇ ਔਰ ਉਸ ਤੋਂ ਬਾਅਦ ਵੀ ਸ਼ਰਮਿੰਦਗੀ ਵਾਲੀ ਗੱਲ ਆ ਕਿ ਫੇਕ ਪੋਸਟ ਪਾਈਆਂ ਜਾਂਦੀਆਂ ਹਾਊਸਫੁੱਲ ਐਂਡ ਕੂਲ ਇਹ ਡਿਜੀਟਲ ਮੀਡੀਆ ਨਹੀਂ ਹੈ ਕਿ ਜਿੱਥੇ ਫੇਕ ਚੀਜ਼ਾਂ ਚੱਲ ਜਾਣ ਦਿਸ ਇਜ਼ ਸਿਨੇਮਾ ਇੱਥੇ ਜੋ ਦਿਖਦਾ ਹੈ ਉਹ ਵਿਕ ਜਾਂਦਾ ਹੈ ਜੋ ਦਿਖ ਰਿਹਾ ਐਵਰੀਬਡੀ ਨੋਜ਼ ਗਰੋ ਅਪ ਇੱਥੇ ਫੇਕ ਵਿਊਅਰਸ ਨਹੀਂ ਹੈ ਇੱਥੇ ਰੀਅਲ ਆਡੀਅੰਸ ਹੈ ਜੋ ਸਿਨੇਮਾ ਵਿੱਚ ਜਾਂਦੀ ਹੈ ਤਾਂ ਪਤਾ ਲੱਗ ਜਾਂਦਾ ਹੈ ਬਹੁਤ ਸਾਰੇ ਐਕਟਰਸ ਦੀ ਫਿਲਮ ਨਹੀਂ ਚੱਲਦੀ ਇਟਸ ਓਕੇ ਬਟ ਆਪਣੀ ਆਡੀਅੰਸ ਦੇ ਨਾਲ ਚੀਟਿੰਗ ਤਾਂ ਨਹੀਂ ਕਰਦੀ ਖੈਰ ਚੀਟਿੰਗ ਤੋਂ ਯਾਦ ਆਇਆ ਮੈਨੂੰ ਫਿਲਮ ਦਾ ਐਕਸ਼ਨ ਇੱਥੇ ਤਾਂ ਮੇਰੇ ਵੀ ਹੱਥ ਚੁੱਕ ਲਿਟਰਲੀ ਡੀਐਸਪੀ ਦੇਵ ਇਜ਼ ਆਈ ਐਮ ਸੌਰੀ ਮਤਲਬ ਮੈਂ ਤਾਂ ਉਹਦੇ ਨਾਲ ਰੱਤੀ ਖੜਾ ਵੀ ਨਹੀਂ ਹੋਇਆ ਐਕਸ਼ਨ ਨਾਲ ਲਿਟਰਲੀ ਲਿਟਰਲੀ ਪਥੈਟਿਕ ਔਰ ਬਤਾ ਅਬ ਕਰ ਲੈ ਸਕ੍ਰਿਪਟ ਡਾਇਰੈਕਸ਼ਨ ਲੈ ਲੈ ਹੋ ਗਿਆ ਹੁਣ ਕੀ ਸੁਣਦਾ ਸਰ ਰੈਪ ਅਪ ਸਰ ਸਾਡੇ ਲਈ ਰੈਪ ਨਹੀਂ ਕਾਕੀ ਰੋਲ ਮੰਗਾ ਬਹੁਤ ਸ਼ੁਕਰੀਆ ਅਗਰ ਮੈਂ ਫਿਰ ਮਿਲਾਂਗੇ ਹੋਰ ਪੰਜਾਬੀ ਕੰਟੈਂਟ ਦੇ ਨਾਲ।